के तारिया जहान लाया अभिमान जिनी दर्शन पाया जिनी तुझनो तन कहया तेनी जामन नेड़ ना आया जिना ने तन भी कहता तन गुरु नानक गज के बोलो उना दे जाम नेड़े भी आउंदा सतगुरु जी सब दे भला करदे फिरदे ने के तारी ने गण का किसे नु तारिया भी आप बाहर जेडे सज्जन लंगर च बहुत है इधर नु भी रौला पाउंदे ने इत्थे इन्ना मैनू कहना बनदा नहीं टेप रिकॉर्ड हो रहा है विदेशां च जांदा है फिर की कहणगे इन्ना रौला इंडिया विच पै रहा है अपने कोल जे खबर पिछों आउंदी है बाहर पहलां जांदी है आ कैस्टां नु संसार तरसदा है ਇਹ ਕੈਸਟਾਂ ਨੇ ਤਾਂ ਸੰਤ ਬਾਬੇ ਹੀ ਬਾਬੇ ਸੰਤ ਬਣਾ ਤੇ ਪਰ ਨਕਲ ਨਕਲ ਹੀ ਹੁੰਦੀ ਹੁੰਦੀ ਹੈ ਇਹ ਬਹੁਤ ਦੂਰ ਦੀਆਂ ਖੇਡਾਂ ਕੋਈ 40-45 ਸਾਲ ਆ 40 ਕੇ ਬਾਅਦ ਤਾਂ ਆ ਬੱਚਾ ਹੀ ਸੀ ਅਜੇ ਪੁੱਛੋ ਕਿੰਨਾ ਕੁ ਸੀਗਾ ਉਦੋਂ ਜਦ ਮੈਂ ਗਿਆ ਬਾਲਿਆ ਤੇ ਭੋਗਿਆ ਸਾਹਿਬ ਤੇ ਕਿੰਨਾ ਕਿੱਡਾ ਕੁ ਸੀ ਇਹ ਭਲਾ ਹੈ ਇਹਦੇ ਭਰਾ ਛੋਟਾ ਜਿਹਾ ਹੀ ਸੀ ਉਹ ਮਗਾ ਮੁੱਕੀ ਦੋ ਭਰਾ ਕੀਰਤਨ ਨਾ ਛੱਡਿਓ ਕੀਰਤਨ ਨਾ ਛੱਡੋ ਤੁਹਾਨੂੰ ਕੋਈ ਘਾਟ ਨਹੀਂ ਪੈਣੀ ਜੈ ਜੈ ਕੀਰਤਨ ਨਿਰਮੋਲਕ ਹੀਰਾ ਨਿਰਮੋਲਕ ਹੀਰਾ ਹੈ ਇਹਦੀ ਕੀਮਤ ਨਹੀਂ ਹੈ ਕੋਈ आनंद गुणी हीरा ऐसा कीर्तन कर मर मेरे दशमेश जी ने भी सरसे के किनारे त्याग के ए जे शब्द कुदरती उधर बोलिया जाता है कि अमृत का बोला सिंघा ने पूछा थोड़े रह गए कितने एक शहीद हो गए कितने एक सरसे दे सरसा लै गया बली तो महाराज ਭਾਈ ਦਇਆ ਸਿੰਘ ਨੂੰ ਪੁੱਛਦੇ ਨੇ ਭਾਈ ਦਇਆ ਸਿੰਘ ਜਿਹੜਾ ਹੁਣ ਵੇਲਾ ਹੈ ਉਹ ਤਾਰਿਆਂ ਵੱਲ ਨੂੰ ਤੱਕਿਆ ਘੜੀਆਂ ਵੱਲ ਨਹੀਂ ਦੇਖਿਆ ਹੈ ਇਹ ਕਲਾਕ ਵੱਲ ਨਹੀਂ ਤੱਕਿਆ ਇਸ ਵੇਲੇ ਆਨੰਦਪੁਰੀ ਵਿੱਚ ਰਾਤ ਹੀ ਗੁਜ਼ਰ ਰਹੀ ਹੈ ਜੇ ਵਿਚਾਲਾ ਹੀ ਹੈ ਪਿਆ ਪੂਰੀ ਨਹੀਂ ਗੁਜ਼ਰੀ ਅੱਜ ਆਪਾਂ ਆਨੰਦਪੁਰੀ ਵਿੱਚ ਨਹੀਂ ਹਾਂ ਕਿੱਥੇ ਬੈਠੇ ਹਾਂ ਕਿਹੜੇ ਮਹਾਰਾਜ ਪਰਿਵਾਰ ਤਿੰਨ ਹਿੱਸਿਆਂ ਵਿੱਚ ਲੰਘ ਗਿਆ ਤੁਸੀਂ ਸਿੰਘਾਂ ਦੇ ਨਾਲ ਸਰਸਾ ਲੰਘ ਕੇ ਬਾਹਰਲਾ ਪਾਸਾ ਮੱਲ ਲਿਆ ਹੈ ਆਪਾਂ ਹੁਣ ਅਗਲੀ ਗੱਲ ਬੜੀ ਦੁੱਖ ਭਰੀ ਬਣ ਜਾਂਦੀ ਹੈ ਅੱਛਾ ਗੱਲ ਸ਼ਬਦ ਇਸ ਵੇਲੇ ਆਨੰਦਪੁਰੀ ਵਿੱਚ ਕੀ ਵਰਤਦਾ ਹੁੰਦਾ ਸੀ ਸਾਧੂਆਂ ਦੇ ਗੁਰੂ ਲੋਕਾਂ ਦੇ ਗੁਰਸਥਾਨਾਂ ਤੇ ਵੀ ਨਗਰਾਂ ਵਿੱਚ ਐਂਗੇ ਗੁਰਦੁਆਰੇ ਤੁਹਾਡੇ ਗ੍ਰੰਥੀ ਸਿੰਘ ਰੱਖੇ ਹੋਏ ਨੇ ਟਾਈਮ ਦਿੰਦੇ ਨੇ ਟਾਈਮ ਤੇ ਆਪਦਾ ਪਾਠ ਨਿਤਨੇਮ ਸੁਬਾ ਸ਼ਾਮ ਦਾ ਭੁਗਤਾਉਂਦੇ ਨੇ ਕੋਈ ਨਿਤਨੇਮ ਵੀ ਰੱਖਿਆ ਹੁੰਦਾ ਤੋ ਆਨੰਦਪੁਰੀ ਵਿੱਚ ਨਿਤਨੇਮ ਕਿਹੜਾ ਸੀ ਮਹਾਰਾਜ ਇਸ ਵੇਲੇ ਸੇਵਕ ਆਪਦੇ ਜੋ ਸਿੱਖ ਸੇਵਕ ਸਨ ਉਹ ਦਰਿਆ ਤੇ ਜਲ ਵਰਤ ਕੇ ਦਰਿਆ ਵਿੱਚ ਵਗਦੀ ਚਰਨ ਗੰਗਾ ਵਿੱਚ ਇਸ਼ਨਾਨ ਕਰਕੇ ਕੋਈ ਉੱਥੇ ਹੀ ਬੈਠ ਜਾਂਦਾ ਕੋਈ ਸੱਥਰ ਵਿਛਾ ਲੈਂਦਾ ਕੋਈ ਕਿਤੇ ਚੌਂਕੜਾ ਇੱਕ ਕੋਈ ਵਸਤਰ ਆਪਦਾ ਵਿਛਾ ਲੈਂਦਾ ਉਹ ਤੁਹਾਡੇ ਚਰਨਾਂ ਦੇ ਕਵਲ ਕਵਲਾਂ ਵਰਗੇ ਚਰਨਾਂ ਦੇ ਪ੍ਰੀਤਮਾਨ ਬਣ ਕੇ ਬਾਣੀ ਪੜਿਆ ਕਰਦੇ ਔਰ ਆਪ ਜੀ ਦੇ ਦਰਬਾਰ ਵਿੱਚ ਕੀਰਤਨ ਸ਼ੁਰੂ ਹੋ ਜਾਂਦਾ ਸੀ ਹਜ਼ੂਰ ਨੇ ਆਖਿਆ ਹਾਂ ਅਸੀਂ ਵੀ ਸੁਣਦੇ ਸੀ ਜਾ ਕੇ ਜੇ ਰਾਗੀ ਅਵੇਸਰ ਹੋ ਜਾਂਦੇ ਤਾਂ ਖੁਦ ਸੱਚੇ ਪਾਤਸ਼ਾਹ ਤੁਸੀਂ ਕੀਰਤਨ ਸ਼ੁਰੂ ਕਰ ਦਿੰਦੇ ਸੀ ਉਸ ਕੀਰਤਨ ਦਾ ਆਨੰਦ ਸੀ ਜਿਹੜਾ ਇਸ ਉਸ ਵੇਲੇ ਹਜ਼ੂਰ ਨੇ ਕਿਹਾ ਵਾਹ ਵਾਹ ਮੈਨੂੰ ਪਰਿਵਾਰ ਦੀ ਲੋੜ ਨਹੀਂ ਮੈਨੂੰ ਆਪਦੇ ਮਹਿਲਾਂ ਦੀ ਲੋੜ ਨਹੀਂ ਪੁੱਤਰਾਂ ਦੀ ਲੋੜ ਨਹੀਂ ਰਹੀ ਪਰ ਮੈਨੂੰ ਆਹ ਆਨੰਦ ਜਿਹੜਾ ਤੁਸੀਂ ਦੱਸ ਦਿੱਤਾ ਹੈ ਨਾ ऐसा कीर्तन जी कर मन मेरे कर मन मेरे ऐसा कीर्तन जी कर मन मेरे कर मन मेरे।
ऐसा कीर्तन ऐसा कीर्तन ऐसा कीर्तन ऐसा कीर्तन ऐसा कीर्तन जी कर मन मेरे कर मन मेरे ऐसा कीर्तन जी कर मन मेरे कर मन मेरे ऐसा कीर्तन कर मन मेरे आप हजूर दे नाल सेवक कोई दुश्मना की परवाह नहीं है। 22 तार पहाड़ियां दे लश्कर उदारे ने इस तो बिना औरंगजेब ने 10 लाख फौज दिल्ली तो उदारे कीती हुई सी। लखां दे लश्करां दी कोई परवाह नहीं हजूर ने कीर्तन नहीं छड़िया। उस वेले कोई गड़बे बजाउंदा कोई साज कोई शस्त्र अपने कोई किवें आवाजे मृदंग उत्ते जोड़ियां ढोलकियां नहीं सन। कीर्तन परमात्मा दा वाहिगुरु दा कीर्तन करना शुरू कर दिता भोग पाया। चलो हुण अगे नूं चाले पार कैसा कीर्तन कर मन मेरे इहां मुहां जो काम तेरे तेरे काम आऊगा ये कीर्तन। ऐसा कीर्तन जिससे सज्जन सेवक बन गए ने प्रेमी बन गए ने कीर्तन दा आनंद जगत गुरु नानक साहब जी ने खुद आप कीर्तन करना मरदाना रवादी सी। तीन तीन दिन तीन तीन रातां कीर्तन करदियां दियां लंघ जांदियां सन।